ਪੰਜਾਬੀ 뮤직 ਇੰਡਸਟਰੀ ਵਿੱਚ ਗੈਰੀ ਸੰਧੂ ਇੱਕ ਅਜਿਹਾ ਨਾਮ ਹੈ ਜਿਨ੍ਹਾਂ ਦੀ ਵਰਸਟਾਈਲ ਗਾਇਕੀ ਨੂੰ ਲੋਕ ਬਹੁਤ ਪਸੰਦ ਕਰਦੇ ਹਨ। ਗੈਰੀ ਸੰਧੂ ਦੇ ਵੱਖਰੇ ਸਟਾਈਲ ਤੇ ਮੈਲੋਡੀਅਸ ਆਵਾਜ਼ ਦੇ ਕਰਕੇ ਅੱਜ ਲੱਖਾਂ ਹੀ ਲੋਕ ਉਹਨਾਂ ਨੂੰ ਐਡਮਾਇਰ ਕਰਦੇ ਹਨ ਤੇ ਬਹੁਤ ਪਸੰਦ ਕਰਦੇ ਹਨ। ਕਿਸੇ ਵੀ ਤਰ੍ਹਾਂ ਦਾ ਟਰੈਕ ਹੋਵੇ, ਗੈਰੀ ਦੀ ਆਵਾਜ਼ ਵਿੱਚ ਜੱਚਦਾ ਹੈ। ਉਹਨਾਂ ਦਾ ਹਰ ਗਾਣਾ ਭਾਵੇਂ ਉਹ ਰੋਮਾਂਟਿਕ ਹੋਵੇ ਜਾਂ ਸੈਡ ਹੋਵੇ ਤੇ ਜਾਂ ਭੰਗੜਾ ਬੀਟ ਵਾਲਾ ਹੋਵੇ, ਲੋਕਾਂ ਵੱਲੋਂ ਬਹੁਤ ਹੀ ਪਸੰਦ ਕੀਤਾ ਜਾਂਦਾ ਹੈ। ਹਾਲ ਹੀ ਵਿੱਚ ਰਿਲੀਜ਼ ਹੋਏ ਉਹਨਾਂ ਦੇ ਗਾਣੇ ਲੱਡੂ, ਇਲੀਗਲ ਵੈਪਨ ਹਾਲੇ ਵੀ ਲੋਕਾਂ ਦੀ ਪਲੇਲਿਸਟ ਵਿੱਚ ਵੱਜਦੇ ਨੇ। ਗੈਰੀ ਹੁਣ ਜਲਦ ਹੀ ਆਪਣੇ ਫੈਨਸ ਲਈ ਇੱਕ ਹੋਰ ਨਵਾਂ ਗਾਣਾ ਲੈ ਕੇ ਆ ਰਹੇ ਨੇ। ਉਹਨਾਂ ਨੇ ਆਪਣੇ ਫੇਸਬੁੱਕ ਪੇਜ 'ਤੇ ਤਸਵੀਰ ਸਾਂਝੀ ਕਰਦਿਆਂ ਹੋਇਆ ਦੱਸਿਆ ਕਿ ਉਹਨਾਂ ਦਾ ਨਵਾਂ ਗਾਣਾ ਦਿਲ ਦੇ ਕਰੀਬ ਟਾਈਟਲ ਤੋਂ ਜਲਦ ਹੀ ਰਿਲੀਜ਼ ਹੋਣ ਜਾ ਰਿਹਾ ਹੈ ਤੇ ਇਸ ਦੇ ਨਾਲ ਹੀ ਉਹਨਾਂ ਨੇ ਕੈਪਸ਼ਨ ਵਿੱਚ ਮੈਂਸ਼ਨ ਕੀਤਾ, ਗਾਣਾ ਹੋਰ ਕੋਈ ਰਿਲੀਜ਼ ਕਰਨਾ ਸੀ ਪਰ ਸਭ ਦੇ ਬਹੁਤ ਮੈਸੇਜਸ ਆਏ ਇਸ ਗਾਣੇ ਲਈ, ਸੋ ਹੇਅਰ ਇਜ਼ ਦਾ ਫਸਟ ਲੁੱਕ ਆਫ ਦਿਲ ਦੇ ਕਰੀਬ। ਤੇ ਇਸ ਦੇ ਨਾਲ ਉਹਨਾਂ ਨੇ ਦੱਸਿਆ ਕਿ ਇੱਕ ਦੋ ਦਿਨ ਵਿੱਚ ਇਸ ਦਾ ਆਫੀਸ਼ੀਅਲ ਪੋਸਟਰ ਵੀ ਰਿਲੀਜ਼ ਡੇਟ ਦੇ ਨਾਲ ਸ਼ੇਅਰ ਕਰਨਗੇ ਤੇ ਬਸ ਹੁਣ ਕਰੋ ਵੇਟ ਆਪਣੇ ਫੇਵਰਿਟ ਸਿੰਗਰ ਦੇ ਨਿਊ ਟਰੈਕ ਦੀ। ਫਾਰ ਮੋਰ ਬਾਲੀਵੁੱਡ ਐਂਡ ਪੋਲੀਵੁੱਡ ਅਪਡੇਟ ਸਬਸਕ੍ਰਾਈਬ ਆਰ ਚੈਨਲ ਸਵੇਰਾ ਸਟਾਰਟ ਆਫ।